ਬ੍ਰੇਕ ਤੋਂ ਬਾਅਦ ਸਵਾਗਤ ਹੈ। ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ, ਵੱਡਾ ਅਪਡੇਟ ਆ ਰਿਹਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜਿਆ ਹੋਇਆ ਇੱਕ ਵੱਡਾ ਅਪਡੇਟ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਸੁਖਵਿੰਦਰ ਸਿੰਘ ਸੁੱਖੀ ਜੋ ਕਿ ਅਲਵਿਦਾ ਆਖ ਚੁੱਕੇ ਨੇ, ਅਪਡੇਟ ਮਿਲੇ ਆਮ ਆਦਮੀ ਪਾਰਟੀ ਦੇ ਵਿੱਚ ਜਲਦ ਸ਼ਾਮਿਲ ਹੋ ਸਕਦੇ ਨੇ ਔਰ ਜਲਦ ਹੀ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਵੀ ਦੇਣਗੇ ਆਪਣੀ ਅਗਲੀ ਰਣਨੀਤੀ ਦੇ ਬਾਰੇ। ਔਰ ਜਿਸ ਵੀ ਮੀਡੀਆ ਨੂੰ ਤੁਸੀਂ, ਜਿਸ ਵੀ ਮੰਚ ਨੂੰ ਤੁਸੀਂ ਪ੍ਰਤੀਨਿਧਤਾ ਕਰਦੇ ਹੋ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਸ਼ਾਰਟ ਨੋਟਿਸ 'ਤੇ ਤੁਹਾਨੂੰ ਬੁਲਾਇਆ ਗਿਆ। ਅੱਜ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਬਹੁਤ ਵਿਲੱਖਣ ਕਿਸਮ ਦਾ ਵਾਅਦਾ ਹੋ ਰਿਹਾ ਹੈ ਜੋ ਆਮ ਆਦਮੀ ਪਾਰਟੀ ਦਾ ਵਿਚਾਰ ਹੈ, ਜੋ ਆਮ ਆਦਮੀ ਪਾਰਟੀ ਦਾ ਏਜੰਡਾ ਹੈ, ਆਮ ਲੋਕਾਂ ਦੀ ਸੇਵਾ ਕਰਨਾ, ਦਬੇ ਕੁਚਲੇ ਲੋਕਾਂ ਨੂੰ ਉੱਪਰ ਲੈ ਕੇ ਆਉਣਾ, ਪੜ੍ਹਾਈ, ਹੈਲਥ, ਇਨਫਰਾਸਟ੍ਰਕਚਰ, ਰੁਜ਼ਗਾਰ, ਜੋ ਏਜੰਡਾ ਹੈ ਬਿਲਕੁਲ ਉਸ ਏਜੰਡੇ 'ਤੇ ਪੂਰੇ ਉਤਰਦੇ ਹੈ। ਵਿਧਾਨ ਸਭਾ ਦੇ ਵਿੱਚ ਤੁਸੀਂ ਉਹਨਾਂ ਨੂੰ ਬੋਲਦੇ ਦੇਖਿਆ ਹੋਣਾ। ਨਵਾਂ ਸ਼ਹਿਰ ਤੋਂ ਸ਼ਹੀਦ ਭਗਤ ਸਿੰਘ ਹੋਰਾਂ ਦੀ ਧਰਤੀ ਨੂੰ ਉਹ ਰੀਪ੍ਰਜੈਂਟ ਕਰਦੇ ਹੈ। ਡਾਕਟਰ ਸੁਖਵਿੰਦਰ ਸੁੱਖੀ ਜੀ MLA ਨੇ ਅਤੇ ਦਬੇ ਕੁਚਲੇ ਲੋਕਾਂ ਲਈ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੀ ਵਿਚਾਰਧਾਰਾ ਨੂੰ ਅੱਗੇ ਲੈ ਕੇ ਚੱਲਦੇ ਨੇ। ਆਪਣਾ ਇੱਕ ਕਲੀਨਿਕ ਹੈ ਜਿੱਥੇ MLA ਹੋਣ ਦੇ ਬਾਵਜੂਦ ਵੀ ਗਰੀਬਾਂ ਦੇ ਮੁਫਤ ਇਲਾਜ ਅਤੇ ਆਮ ਲੋਕਾਂ ਨੂੰ ਆਪਣੀ ਡਾਕਟਰੀ ਮਹਾਰਤ ਜਿਹੜੀ ਪਰਮਾਤਮਾ ਨੇ ਬਖਸ਼ੀ ਹੈ, ਉਦੋਂ ਆਮ ਲੋਕਾਂ ਨੂੰ ਰਾਹਤ ਦਿੰਦੇ ਆ, ਲੋਕਾਂ ਦਾ ਇਲਾਜ ਕਰਦੇ ਆ ਅਤੇ ਨਾਲ ਦੀ ਨਾਲ ਉਹਨਾਂ ਦੀ ਡਿਊਟੀ ਲੋਕਾਂ ਨੇ ਸਮਾਜ ਦਾ ਆਪਰੇਸ਼ਨ ਕਰਨ ਦੀ ਵੀ ਲਾਈ ਹੋਈ ਹੈ। ਸੋ ਅੱਜ ਬਹੁਤ ਸਾਰੇ ਸਾਥੀ ਸਾਡੇ ਪਾਰਟੀ ਦੇ ਬੈਠੇ ਨੇ, ਜਦ ਡਾਕਟਰ ਸੰਦੀਪ ਪਾਠਕ ਬੈਠੇ ਨੇ, ਸੰਗਠਨ ਦੇਖਦੇ ਨੇ, ਸਾਡੇ SC ਵਿੰਗ ਦੇ ਪ੍ਰਧਾਨ MLA ਮਹਿਲ ਕਲਾਂ ਕੁਲਵੰਤ ਪੰਡੋਰੀ ਜੀ ਬੈਠੇ ਨੇ ਅਤੇ ਡਾਕਟਰ ਸਾਹਿਬ ਦੇ ਨਾਲ ਆਏ ਨੇ SC ਵਿੰਗ ਦੇ ਪ੍ਰਧਾਨ ਨੇ, ਨਵਾਂ ਸ਼ਹਿਰ ਦੇ ਕੀ ਨਾਮ ਹੋਣ ਸੋਹਣ ਲਾਲ ਟਾਂਡਾ ਜੀ, ਉਹ ਵੀ ਇੱਥੇ ਪਹੁੰਚੇ ਨੇ, ਧੰਨਵਾਦ ਹੈ ਉਹਨਾਂ ਦੇ ਨਾਲ। ਉਹਨਾਂ ਦੇ ਸਾਥੀ ਬਹੁਤ ਸਾਰੇ ਡਾਕਟਰ ਨੇ, ਬਹੁਤ ਸਾਰੇ ਸਮਾਜ ਸੇਵੀ ਨੇ, ਬਹੁਤ ਸਾਰੇ ਇਹਨਾਂ ਦੇ ਨਾਲ ਜੁੜੇ ਹੋਏ ਨੇ। ਵੈਸੇ ਵੀ ਡਾਕਟਰ ਕਮਿਊਨਿਟੀ ਦੀ ਆਮ ਆਦਮੀ ਪਾਰਟੀ ਨਾਲ ਕਾਫੀ ਮਿਲਦੀ ਹੈ, ਸਟਾਰ ਮਿਲਦੇ ਹੈ, ਜਿਹਦੇ ਸਾਡੇ ਕੋਲ ਡਾਕਟਰ ਬਲਜੀਤ ਕੌਰ ਹੈ, ਡਾਕਟਰ ਬਲਵੀਰ ਸਿੰਘ ਹੈ, ਡਾਕਟਰ ਹੈ ਚਮਕੌਰ ਸਾਹਿਬ ਵਾਲੇ, ਡਾਕਟਰ ਰਵਜੋਤ ਹੈ, ਡਾਕਟਰ ਅਜੇ ਗੁਪਤਾ ਹੈ, ਡਾਕਟਰ ਬੀ ਸਿੰਗਲਾ, ਡਾਕਟਰ ਸਾਡੇ ਉਹ ਭੁੱਲ ਹੀ ਗਏ ਸੀ, ਰੋਟੀ ਖਾਣੀ ਹੈ ਭਾਈ। ਸੋ ਡਾਕਟਰ ਕਮਿਊਨਿਟੀ ਨਾਲ ਆਮ ਆਦਮੀ ਪਾਰਟੀ, ਕਿਉਂਕਿ ਸਾਰੇ ਸਮਾਜ ਦੀ ਪਾਰਟੀ ਹੈ, ਸਾਡੇ ਕੋਲ ਡਾਕਟਰ ਵੀ ਨੇ, ਸਾਡੇ ਕੋਲ ਵਕੀਲ ਵੀ ਨੇ, ਸਾਡੇ ਕੋਲ
ਸਟੂਡੈਂਟ ਵੀ ਨੇ ਜਿਹੜੇ ਪੜ੍ਹ ਰਹੇ ਸੀ ਅਤੇ ਟਿਕਟਾਂ ਮਿਲ ਗਈਆਂ ਅਤੇ ਜਿੱਤ ਗਏ, ਅਤੇ ਸਾਡੇ ਕੋਲ ਟੀਚਰ ਵੀ ਨੇ, ਪ੍ਰੋਫੈਸਰ ਵੀ ਨੇ, ਆਰਟਿਸਟ ਵੀ ਨੇ। ਸੋ ਸਾਡੇ ਕੋਲ ਸਮਾਜ ਦਾ ਹਰ ਵਰਗ ਹੈ ਸਾਡੇ ਕੋਲ, ਆਮ ਆਦਮੀ ਪਾਰਟੀ ਆਮ ਆਦਮੀ ਹੈ, ਹਰੇਕ ਵਰਗ ਦਾ ਆਮ ਆਦਮੀ ਹੈ। ਜਦਕਿ ਦੂਜੀਆਂ ਪਾਰਟੀਆਂ 'ਚ ਸਿਰਫ ਉਹਨਾਂ ਦੇ ਪੁੱਤ ਭਤੀਜੇ, ਉਹਨਾਂ ਦੇ ਸਾਲੇ ਜੀਜੇ, ਉਹੀ ਚੱਲੀ ਜਾਂਦਾ ਸੀ। ਸੋ ਉਹ ਹੁਣ ਨੈਕਸਸ ਜਿਹੜਾ ਟੁੱਟ ਗਿਆ। ਸੋ ਡਾਕਟਰ ਸਾਹਿਬ ਬਾਰੇ ਮੈਂ ਇਹੀ ਕਹੂੰਗਾ, ਜਦੋਂ ਵਿਧਾਨ ਸਭਾ 'ਚ ਵੀ ਬੋਲਦੇ ਸੀਗੇ ਤਾਂ ਹਮੇਸ਼ਾ ਟੂ ਦਾ ਪੁਆਇੰਟ ਅਤੇ ਆਪਣੇ ਲੋਕਾਂ ਦੀ ਗੱਲ ਕਰਦੇ ਸੀ, ਅਤੇ ਸਪੀਕਰ ਸਾਹਿਬ ਇਹਨਾਂ ਨੂੰ ਮੌਕਾ ਵੀ ਪੂਰਾ ਖੁੱਲ੍ਹਾ ਦਿੰਦੇ ਸੀ, ਕਿਉਂਕਿ ਪਤਾ ਲੱਗ ਜਾਂਦਾ ਕਿ ਕੋਈ ਸ਼ੋਰ ਸ਼ਰਾਬੇ ਵਾਲੀ ਗੱਲ ਨਹੀਂ ਕਰਨੀ, ਕੋਈ ਕੰਟਰੋਵਰਸੀ ਵਾਲੀ ਗੱਲ ਨਹੀਂ ਕਰਨੀ, ਸਿਰਫ ਆਪਣੇ ਲੋਕਾਂ ਦੇ ਹੱਕਾਂ ਦੀ ਗੱਲ ਕਰਨੀ ਹੈ, ਆਪਣੇ ਇਲਾਕੇ ਦੇ ਮੰਗਾਂ ਦੀ ਗੱਲ ਕਰਨੀ ਹੈ। ਤਾਂ ਫਿਰ ਉਸ ਐੱਮ ਐੱਲ ਏ ਨੂੰ ਜਾਂ ਉਸ ਐੱਮ ਪੀ ਨੂੰ ਟਾਈਮ ਮਿਲਣ ਲੱਗ ਜਾਂਦਾ। ਜਿਸ ਤਰ੍ਹਾਂ ਮੈਂ ਵੀ 8 ਸਾਲ ਲਾ ਕੇ ਆਇਆਂ ਪਾਰਲੀਮੈਂਟ 'ਚ, ਤਾਂ ਸਪੀਕਰ ਸਾਹਿਬ ਨੂੰ ਪਤਾ ਲੱਗ ਜਾਂਦਾ ਕਿ ਇਹਨੇ ਫਾਲਤੂ ਗੱਲ ਨਹੀਂ ਕਰਨੀ, ਇਹਨੇ ਆਪਣੀ ਗੱਲ ਕਰਕੇ ਬਹਿ ਜਾਣਾ, ਤਾਂ ਫਿਰ ਟਾਈਮ ਮਿਲ ਜਾਂਦਾ ਬੋਲਣ ਦਾ। ਜਿਹਨੇ ਹੁਣ ਕੋਈ ਕੰਟਰੋਵਰਸੀ ਕ੍ਰੀਏਟ ਕਰਨੀ ਹੈ ਹਰ ਵਕਤ, ਫਿਰ ਸਪੀਕਰ ਨੂੰ ਵੀ ਇਹ ਲੱਗਣ ਲੱਗ ਜਾਂਦਾ ਕਿ ਇਹਦੇ ਬੋਲਣ ਨਾਲ ਕਿਤੇ ਕੋਈ ਰੌਲਾ ਨਾ ਪੈ ਜਾਵੇ, ਇਸ ਕਰਕੇ ਫਿਰ ਇਗਨੋਰ ਕਰਨ ਲੱਗ ਜਾਂਦੇ। ਪਰ ਡਾਕਟਰ ਸਾਹਿਬ ਨੇ ਜਿੰਨਾ ਵੀ ਬੋਲਿਆ ਰਿਕਾਰਡ ਉੱਤੇ ਪਿਆ ਸਾਰਾ, ਤੁਸੀਂ ਵੀ ਆਪਣੇ ਕੈਮਰਾ ਰਾਹੀਂ ਉਹਨੂੰ ਟੈਲੀਕਾਸਟ ਕੀਤਾ ਹੋਊਗਾ, ਕਿ ਜਿੰਨਾ ਵੀ ਬੋਲਿਆ ਉਹ ਆਪਣੇ ਲੋਕਾਂ ਦੇ ਹੱਕ 'ਚ ਬੋਲਿਆ, ਜਿਸ ਏਜੰਡੇ ਨੂੰ ਲੈ ਕੇ ਜਿੱਤ ਕੇ ਆਏ ਨੇ ਉਸ ਏਜੰਡੇ ਨੂੰ ਲੈ ਕੇ ਬੋਲਿਆ। ਔਰ ਮੇਰੇ ਕੋਲ ਆ ਕੇ ਕਈ ਵਾਰ ਜਿਹੜਾ ਮੇਰੇ ਕੋਲ ਮੰਗ ਪੱਤਰ ਦੇ ਕੇ ਕਿ ਮੈਂ ਆਹ ਸ਼ਹਿਰ 'ਚ ਆਹ ਚਾਹੁੰਦਾ, ਮੈਂ ਪਿੰਡਾਂ 'ਚ ਆਹ ਪ੍ਰੋਬਲਮ ਹੈ, ਸਾਨੂੰ ਫੰਡ ਦਿਓ। ਸੋ ਅਸੀਂ ਇਸ ਪੱਖੋਂ ਕਦੇ ਵੀ ਇਹਨਾਂ ਨੂੰ ਇਨਕਾਰ ਨਹੀਂ ਕੀਤਾ, ਚੱਲ ਕੇ ਆਉਂਦੇ ਰਹੇ, ਘੰਟਾ ਘੰਟਾ ਅਸੀਂ ਮਿਲ ਕੇ ਬਹਿ ਕੇ ਗੱਲ ਵੀ ਕਰਦੇ ਰਹੇ ਕਿ ਤੁਸੀਂ ਦੱਸੋ, ਕੋਈ ਗੱਲ ਨਹੀਂ ਮੇਰੇ ਲਈ, ਕੋਈ ਇਹ ਨਹੀਂ ਹੈਗਾ ਕਿ ਜੇ ਕੋਈ ਐੱਮ ਐੱਲ ਏ ਜਿਹੜਾ ਉਹ ਵਿਰੋਧੀ ਧਿਰ ਦਾ, ਤਾਂ ਮੈਂ ਉੱਥੇ ਉਸ ਲੋਕਾਂ ਨੂੰ ਸਜ਼ਾ ਦੇਵਾਂ, ਮੈਂ ਉੱਥੇ ਕਿ ਮੈਂ ਉੱਥੇ ਗ੍ਰਾਂਟ ਨਾ ਦੇਵਾਂ ਜਾਂ ਉੱਥੇ ਵਿਕਾਸ ਦੇ ਕੰਮਾਂ 'ਤੇ ਕੋਈ ਰੋਕ ਲਾਵਾਂ। ਅਸੀਂ ਇਸ ਤਰ੍ਹਾਂ ਦੀ ਜਿਹੜੀ ਛੋਟੀ ਰਾਜਨੀਤੀ ਨਹੀਂ ਕਰਦੇ, ਜਿਹੜੀ ਕਿ ਇਹ ਕਰਦੇ ਰਹੇ ਆ ਪਹਿਲਾਂ ਜਿਹੜੇ ਬਾਕੀ ਰਵਾਇਤੀ ਪਾਰਟੀਆਂ ਵਾਲੇ, ਕਿ ਜੇ ਇਸ ਗਲੀ 'ਚੋਂ ਸਾਨੂੰ ਵੋਟਾਂ ਨਹੀਂ ਪਈਆਂ ਤਾਂ ਉਹਦੀਆਂ 2 ਪੁਲੀਆਂ ਹੀ ਪੱਟ ਦਿਉ, ਅਤੇ ਬਾਅਦ 'ਚ ਕਹੀ ਜਾਓ ਲੈ ਪੁਲੀਆਂ ਬਣਵਾ ਕੇ ਦਿਖਾਓ ਹੁਣ ਤੁਸੀਂ, ਤੁਸੀਂ ਸਾਨੂੰ ਵੋਟਾਂ ਨਹੀਂ ਪਾਈਆਂ। ਇਸ ਕਿਸਮ ਦੀ ਛੋਟੀ ਰਾਜਨੀਤੀ ਅਸੀਂ ਨਹੀਂ ਕਰਦੇ। ਮੈਂ ਜਿਸ ਦਿਨ ਰਿਜ਼ਲਟ ਆਇਆ ਸੀ 10 ਮਾਰਚ ਨੂੰ, ਮੈਂ ਉਸੇ ਦਿਨ ਵੀ ਕਿਹਾ ਸੀ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨਾਂ ਦਾ ਵੀ ਬਹੁਤ ਧੰਨਵਾਦ, ਜਿਨ੍ਹਾਂ ਨੇ ਨਹੀਂ ਪਾਈਆਂ ਉਹਨਾਂ ਦਾ ਵੀ ਬਹੁਤ ਧੰਨਵਾਦ, ਪਰ ਜਿਨ੍ਹਾਂ ਨੇ ਨਹੀਂ ਵੀ ਪਾਈਆਂ ਮੈਂ ਉਹਨਾਂ ਦਾ ਵੀ ਮੁੱਖ ਮੰਤਰੀ ਹਾਂ। ਸੋ ਮੁੱਖ ਮੰਤਰੀ ਤਾਂ ਮੈਂ ਸਾਰੇ ਪੰਜਾਬੀਆਂ ਦਾ, ਕਸਟੋਡੀਅਨ ਤਾਂ ਮੈਂ 3.5 ਕਰੋੜ ਲੋਕਾਂ ਦਾ ਹੀ ਹਾਂ। ਸੋ ਮੈਂ ਕੋਈ ਦਰਿਆਤ ਜਾਂ ਕੋਈ ਪੱਖਪਾਤ ਕਦੇ ਨਹੀਂ ਕਰਦਾ। ਮੇਰੇ ਲਈ ਨਕੋਦਰ ਵੀ ਇਹੋ ਜਿਹਾ, ਮੇਰੇ ਲਈ ਨਵਾਂਸ਼ਹਿਰ ਵੀ ਇਹੋ ਜਿਹਾ, ਬੰਗਾ ਵੀ ਇਹੋ ਜਿਹਾ, ਮੇਰੇ ਲਈ ਮੂਣਕ ਵੀ ਇਹੋ ਜਿਹਾ, ਭਵਾਨੀਗੜ੍ਹ ਵੀ ਇਹੋ ਜਿਹਾ, ਮੇਰੇ ਲਈ ਘਨੌਰ ਵੀ ਇਹੋ ਜਿਹਾ, ਮੇਰੇ ਲਈ ਸਨੌਰ ਵੀ ਇਹੋ ਜਿਹਾ। ਸੋ ਜੇ ਪੰਜਾਬ ਦੇ ਵਿੱਚ ਕੋਈ ਤਰੱਕੀ ਹੋਊਗੀ, ਸਾਰੇ ਪੰਜਾਬ 'ਚ ਕਿਤੇ ਵੀ ਤਰੱਕੀ ਹੋਊਗੀ, ਤਾਂ ਉਹਦਾ ਜਿਹੜਾ ਸ਼ਾਬਾਸ਼ੀ ਮਿਲੂਗੀ। ਕੱਲ੍ਹ ਬੱਚਿਆਂ ਨੂੰ ਨਿਯੁਕਤੀ ਪੱਤਰ ਵੰਡਿਓ, ਆਪ ਬੋਲ ਰਹੇ ਸੀ, ਕੋਈ ਕੋਈ ਜਗਰਾਓਂ ਤੋਂ ਸੀ, ਕੋਈ ਮੁਕਤਸਰ ਤੋਂ ਸੀ, ਕੋਈ ਫਾਜ਼ਿਲਕਾ ਤੋਂ ਸੀ, ਕੋਈ ਬਠਿੰਡੇ ਤੋਂ ਸੀ, ਕੋਈ ਸੰਗਰੂਰ ਤੋਂ ਸੀ, ਕੋਈ ਅੰਮ੍ਰਿਤਸਰ ਤੋਂ ਸੀ, ਸਾਰੇ ਪੰਜਾਬ ਤੋਂ ਆਏ ਹੋਏ ਸੀ, ਅਤੇ ਉਹ ਦੱਸ ਰਹੇ ਸੀ ਆਪਣੀਆਂ ਕਹਾਣੀਆਂ ਕਿ ਬਾਹਰ ਜਾਣ ਦਾ ਪ੍ਰੋਗਰਾਮ ਬਣ ਗਿਆ ਸੀ, ਪਰ ਅਸੀਂ ਬਦਲਤਾ, ਹੁਣ ਅਸੀਂ ਇੱਥੇ ਰਹਿ ਕੇ ਜਿਹੜਾ ਉਹ ਆਪਣੀ ਤਰੱਕੀ ਕਰਾਂਗੇ, ਪੜ੍ਹਾਂਗੇ। ਅਤੇ ਆਮ ਆਦਮੀ ਪਾਰਟੀ ਜੋ ਸਾਡੇ ਅਰਵਿੰਦ ਕੇਜਰੀਵਾਲ ਜੀ ਸਾਡੇ ਸੁਪਰੀਮੋ, ਉਹਨਾਂ ਦਾ ਵੀ ਪਹਿਲਾਂ ਐਜੂਕੇਸ਼ਨ ਅਤੇ ਹੈਲਥ ਉਹਨਾਂ ਦੀ ਪ੍ਰਾਇਓਰਟੀ ਹੈ ਅੱਜ ਵੀ, ਕਿ ਬਾਬਾ ਸਾਹਿਬ ਕਾ ਸਪਨਾ ਅਧੂਰਾ ਕੇਜਰੀਵਾਲ ਕਰੇਗਾ ਪੂਰਾ, ਉੱਥੇ ਨਾਰਾ ਦਿੰਦੇ ਰਹੇ ਜਦੋਂ ਸਕੂਲ ਪੜ੍ਹਾਉਂਦੇ ਰਹੇ ਉੱਥੇ ਅਸੀਂ, ਤਾਂ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਉਹਨੂੰ ਸਕੂਲ ਦੇ ਵਿੱਚ ਕਲਾਸ 'ਚ ਬੈਠਣ ਨਹੀਂ ਦਿੱਤਾ ਜਾਂਦਾ ਸੀ,
ਛੂਆ ਛੂਤ ਦਾ ਇੰਨਾ ਜ਼ਮਾਨਾ ਸੀ, ਉਹ ਪਰਾਂ ਬਹਿ ਜਾਂਦੇ ਸੀ, ਫਿਰ ਜਦੋਂ ਪੀਰੀਅਡ ਖਤਮ ਹੁੰਦਾ ਸੀਗਾ ਤਾਂ ਉਹ ਆਪਣੇ ਜਿਹੜੇ ਸਹਿਪਾਠੀ ਸੀ ਉਹਨਾਂ ਤੋਂ ਪੁੱਛਦੇ ਹੁੰਦੇ ਸੀ ਤੈਨੂੰ ਕੀ ਪੜ੍ਹਾਇਆ, ਉਹ ਮੈਨੂੰ ਪੜ੍ਹਾ ਦੇ। ਇੱਥੋਂ ਇੱਥੋਂ ਪੜ੍ਹ ਕੇ ਉਹਨਾਂ ਨੇ ਬਾਅਦ ਦੇ ਵਿੱਚ ਅਮੈਰੀਕਾ ਤੋਂ ਲੰਡਨ ਤੋਂ PhD ਕੀਤੀ, ਹਾਲਾਂਕਿ ਕੋਈ ਫਾਈਨੈਂਸ਼ੀਅਲੀ ਸਾਊਂਡ ਨਹੀਂ ਸੀ। ਉਹਨਾਂ ਨੇ ਫਿਰ ਇੱਕ ਕਥਨ ਲਿਖਿਆ ਕਿ ਵਿੱਦਿਆ ਜਿਹੜੀ ਹੈ ਉਹ ਇੱਕ ਸ਼ੇਰਨੀ ਦੇ ਦੁੱਧ ਵਰਗੀ ਹੈ, ਜਿਹੜਾ ਇਹਨੂੰ ਪੀਊਗਾ ਉਹ ਤਾਂ ਦਹਾੜੂਗਾ ਦਹਾੜੂਗਾ। ਸੋ ਸਾਡਾ ਵੀ ਇਹ ਏਜੰਡਾ ਹੈ ਕਿ ਅਸੀਂ ਐਜੂਕੇਸ਼ਨ ਗਰੀਬਾਂ ਦੇ ਬੱਚਿਆਂ ਨੂੰ ਖਾਸ ਤੌਰ 'ਤੇ ਦੇਈਏ, ਜੋ ਸਕੂਲ ਆਫ ਐਮੀਨੈਂਸ ਜਾਂ ਅਸੀਂ ਸਮਾਰਟ ਸਕੂਲ ਬਣਾ ਰਹੇ ਹਾਂ, ਗਰੀਬਾਂ ਦੇ ਬੱਚੇ ਪੜ੍ਹ ਕੇ। ਇਸ ਵਾਰ 158 ਬੱਚੇ JEE ਦਾ ਟੈਸਟ ਪਾਸ ਕਰ ਗਏ, 158 ਬੱਚੇ ਪੰਜਾਬ ਦੇ ਪਹਿਲੀ ਵਾਰ ਹੋਇਆ JEE ਦਾ ਟੈਸਟ ਪਾਸ ਕਰ ਗਏ, ਸਰਕਾਰੀ ਸਕੂਲਾਂ ਦੇ ਬੱਚੇ। ਔਰ 10ਵੀਂ 'ਚੋਂ 8ਵੀਂ 'ਚੋਂ 12ਵੀਂ 'ਚੋਂ ਫਸਟ ਕੌਣਾ ਸਰਕਾਰੀ ਸਕੂਲਾਂ ਦੇ ਬੱਚੇ, ਮਨ 700 'ਚੋਂ 699 ਨੰਬਰ ਲੈ ਕੇ ਆਉਂਦੇ, ਕਿਉਂਕਿ ਟੀਚਰ ਆ ਗਏ, ਟੀਚਰਾਂ ਨੂੰ ਸਿੰਗਾਪੁਰ ਤੋਂ ਟ੍ਰੇਨਿੰਗ ਦਵਾਤੀ। ਅਤੇ ਇਸੇ ਤਰ੍ਹਾਂ ਹੈਲਥ ਦੇ ਵਿੱਚ ਹੋਇਆ, ਇਸੇ ਤਰ੍ਹਾਂ ਬਿਜਲੀ ਦੇ ਵਿੱਚ ਹੋਇਆ, ਇਸ ਤਰ੍ਹਾਂ ਇਨਫਰਾਸਟ੍ਰਕਚਰ 'ਚ ਹੋਇਆ। ਅਸੀਂ ਲੱਗੇ ਰਹਾਂਗੇ। ਔਰ ਸਭ ਤੋਂ ਵੱਡਾ ਫੈਸਲਾ ਜਿਹੜਾ ਪਹਿਲਾ ਫੈਸਲਾ ਸੀ 16 ਮਾਰਚ ਨੂੰ ਜਦੋਂ ਸਹੁੰ ਚੁੱਕੀ ਖਟਕੜ ਕਲਾਂ, ਤਾਂ ਸਹੁੰ ਚੁੱਕਣ ਤੋਂ ਸਹੁੰ ਚੁੱਕਣ ਤੋਂ ਬਾਅਦ ਜਦੋਂ ਚਾਰਜ ਲਿਆ ਤਾਂ ਸਭ ਤੋਂ ਪਹਿਲਾ ਫੈਸਲਾ ਇਹ ਸੀਗਾ ਕਿ ਕਿਸੇ ਵੀ ਸਰਕਾਰੀ ਦਫ਼ਤਰ ਦੇ ਵਿੱਚ, ਚਾਹੇ DC ਦਫ਼ਤਰ ਹੈ, ਚਾਹੇ ਤਹਿਸੀਲਦਾਰ ਦਾ ਦਫ਼ਤਰ ਹੈ, ਚਾਹੇ ਕੋਈ DSP ਦਾ ਦਫ਼ਤਰ ਹੈ, ਚਾਹੇ ਕੋਈ ਵੀ ਸਰਕਾਰੀ ਦਫ਼ਤਰ, ਉੱਥੇ ਮੁੱਖ ਮੰਤਰੀ ਦੀ ਫੋਟੋ ਲੱਗੂਗੀ, ਉੱਥੇ ਡਾਕਟਰ ਭੀਮ ਰਾਓ ਅੰਬੇਦਕਰ ਅਤੇ ਸ਼ਹੀਦ ਭਗਤ ਸਿੰਘ ਦੀ ਫੋਟੋ ਲੱਗੂਗੀ, ਉਹ ਲੱਗੀ ਹੋਈ ਹੈ, ਤੁਸੀਂ ਜਾ ਕੇ ਦੇਖ ਸਕਦੇ ਹੋ। ਇੱਕ ਨੇ ਸੰਵਿਧਾਨ ਬਣਾਇਆ, ਇੱਕ ਨੇ ਦੇਸ਼ ਬਣਾਇਆ, ਤਿੰਨ ਦੋਨਾਂ ਦੀ ਫੋਟੋ ਲੱਗੀ ਹੋਈ। ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਡਾਕਟਰ ਸੁੱਖੀ ਜੀ ਇਹਨਾਂ ਦੋਨਾਂ ਨੂੰ ਰੀਪ੍ਰਜੈਂਟ ਕਰਦੇ ਆ, ਸ਼ਹੀਦ ਭਗਤ ਸਿੰਘ ਦੀ ਧਰਤੀ ਤੋਂ MLA ਨੇ ਅਤੇ ਡਾਕਟਰ ਭੀਮ ਰਾਓ ਅੰਬੇਦਕਰ ਦੀ ਸੋਚ ਦੇ ਧਾਰਨੀ ਨੇ। ਤਾਂ ਸਾਡੀ ਪਾਰਟੀਆਂ 'ਚ ਬਹੁਤ ਬਲ ਮਿਲਿਆ, ਇੱਕ ਐਸਾ ਨੇਤਾ ਜਿਹੜਾ ਦਰਵੇ ਕੁਝ ਲੋਕਾਂ ਦੀ ਸਮੱਸਿਆ ਨਾਲ ਜਾਣਦਾ, ਖੁਦ ਉਹਨੇ ਪਿੰਡ ਦੇ ਹਨਾ ਜਿਹੜੀਆਂ ਨੇ ਉਹ ਸਾਡੀ ਪਾਰਟੀ ਜੁਆਇਨ ਕਰ ਰਿਹਾ, ਤਾਂ ਸਾਨੂੰ ਇਸ ਗੱਲ ਦੀ ਖੁਸ਼ੀ ਹੈ। ਨਾ ਤਜਰਬੇ ਦਾ ਇਹਨੂੰ ਐਕਸਪੀਰੀਅੰਸ ਦਾ ਆਉਣ ਵਾਲੇ ਦਿਨ ਤੁਸੀਂ ਇਸਤੇਮਾਲ ਵੀ ਕਰਾਂਗੇ। ਔਰ ਜੋ ਵੀ ਇਹਨਾਂ ਦੇ ਸਾਥੀ ਆ ਇਹਨਾਂ ਨਾਲ, ਸੰਗਠਨ 'ਚ ਵੀ ਜ਼ਿੰਮੇਵਾਰੀਆਂ ਮਿਲਣਗੀਆਂ, ਸਰਕਾਰਾਂ 'ਚ ਵੀ ਜ਼ਿੰਮੇਵਾਰੀਆਂ ਮਿਲਣਗੀਆਂ, ਮਿਲ ਕੇ ਕੰਮ ਕਰਾਂਗੇ। ਹੁਣ ਮੈਂ ਇੱਕ ਮਿੰਟ ਲਈ ਕਹਾਂਗਾ ਡਾਕਟਰ ਸੁੱਖੀ ਜੀ, ਹਾਂ ਇੱਕ ਪਹਿਲਾਂ ਮੈਂ ਜੁਆਇਨਿੰਗ